ਹੈਲੋ एवरीवन होप सो ਤੁਹਾਡੀ ਜੇ ਇਲੈਕਟ੍ਰੀਕਲ ਇਗਜ਼ਾਮ ਦੀ ਤਿਆਰੀ ਬਹੁਤ ਵਧੀਆ ਚੱਲਦੀ ਹੋਏਗੀ ਤੇ ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਪਾਵਰ ਸਿਸਟਮ ਨੂੰ ਇਲੈਕਟ੍ਰੀਕਲ ਪਾਵਰ ਸਿਸਟਮ ਨੂੰ ਹੀ ਕੰਟੀਨਿਊ ਕਰਾਂਗੇ ਤੇ ਜਿਹੜਾ ਸਾਡਾ ਅੱਜ ਦਾ ਟੌਪਿਕ ਹੋਏਗਾ ਜਿਸ ਟੌਪਿਕ ਨੂੰ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਉਹਦਾ ਨਾਮ ਏ ਐਡਵਾਂਟੇਜਸ ਆਫ advantages of high transmission voltage transmission voltage clear jimm ke appa previous lectures jede sade ne unna de vich padhe a hai ke electrical energy jodi ja generating station te generate hundi hai okay ਜਿਹੜੇ ਕਿ ਸਾਡੇ ਲੋਡ ਸੈਂਟਰ ਤੋਂ ਬਹੁਤ ਦੂਰੀ ਤੇ ਹੁੰਦੇ ਨੇ ਬਹੁਤ ਜ਼ਿਆਦਾ ਦੂਰੀ ਤੇ ਹੁੰਦੇ ਨੇ ਤੇ ਉੱਥੋਂ ਇਲੈਕਟ੍ਰੀਕਲ એનર્ਜੀ ਨੂੰ ਆ ਲਾਈਨਸ ਦੇ ਥਰੂ ਟਰਾਂਸਮਿਟ ਕੀਤਾ ਜਾਂਦਾ ਜਿਹਨੂੰ ਆਪਾਂ ਟਰਾਂਸਮਿਸ਼ਨ ਲਾਈਨਸ ਬੋਲਦੇ ਆ ਓਕੇ ਤੇ ਇਹਦੇ ਵਿੱਚ ਜਿਹੜੀ ਵੋਲਟੇਜ ਲੈਵਲ ਹੁੰਦੀ ਆ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਜਿਵੇਂ ਕਿ 132 ਕੇਵੀ ਹੋ ਸਕਦੀ ਹੈ 220 ਕੇਵੀ ਦੀਆਂ ਲਾਈਨਸ ਵੀ ਹੋ ਸਕਦੀਆਂ ਨੇ ਤੇ 400 ਕੇਵੀ ਦੀਆਂ ਲਾਈਨਸ ਵੀ ਹੋ ਸਕਦੀਆਂ ਨੇ ਠੀਕ ਹੈ ਇਸ ਤੋਂ ਉੱਪਰ ਜੇ ਆਪਾਂ ਗੱਲ ਕਰੀਏ ਤੇ 765 ਕੇਵੀ ਇਹ ਲਾਈਨਸ ਵੀ ਹੋ ਸਕਦੀਆਂ ਤੇ ਇਸ ਲੈਕਚਰ ਦੇ ਵਿੱਚ ਆਪਾਂ ਦੇਖਾਂਗੇ ਕਿ ਜਿੱਦਾਂ ਜਿੱਦਾਂ ਵੋਲਟੇਜ ਵਧਦੀ ਪਈਏ ਇਹਦੇ ਫਾਇਦੇ ਕੀ ਓਕੇ ਵੋਲਟੇਜ ਜੇਕਰ ਵਧੇਗੀ ਉਹਦੇ ਫਾਇਦੇ ਕੀ ਨੇ ਇਸ ਚੀਜ਼ ਨੂੰ ਇਸ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਓਕੇ ਜਿਹੜੀ ਵੋਲਟੇਜ ਜਾਂ ਜਿਹੜੀ ਪਾਵਰ ਸਾਡੀ ਜਨਰੇਟਿੰਗ ਸਟੇਸ਼ਨ ਤੇ ਜਨਰੇਟ ਹੋਈ ਜਾਂ એનર્ਜੀ ਜਿਹੜੀ ਜਨਰੇਟ ਹੋਈ ਉਹਨੂੰ ਆਪਾਂ ਕਿਸ ਲੈਵਲ ਕਿਸ ਵੋਲਟੇਜ ਲੈਵਲ ਤੇ ਟਰਾਂਸਮਿਟ ਕਰ ਸਕਦੇ ਆ ਤੇ ਉਹ ਜਿਸ ਵੋਲਟੇਜ ਲੈਵਲ ਤੇ ਟਰਾਂਸਮਿਟ ਕਰਾਂਗੇ ਉਸ ਵੋਲਟੇਜ ਲੈਵਲ ਦੇ ਕੀ ਫਾਇਦੇ ਨੇ ਓਕੇ ਐਡਵਾਂਟੇਜਸ ਆਫ ਹਾਈ ਟਰਾਂਸਮਿਸ਼ਨ ਵੋਲਟੇਜ ਹੁਣ ਇਸ ਲੈਕਚਰ ਦੇ ਕੀ ਇਮੀਅਤ ਹੈ ਕਿ ਇਹਦੇ ਨਾਲ ਤੁਹਾਨੂੰ ਕਈ ਚੀਜ਼ਾਂ ਦਾ ਪਤਾ ਚੱਲੇਗਾ ਕਿ ਆਪਾਂ ਵੋਲਟੇਜ ਇਸ ਤੋਂ ਵੱਧ ਕਿਉਂ ਨਹੀਂ ਕਰ ਸਕਦੇ ਜਾਂ ਫਿਰ ਇਸ ਤੋਂ ਘੱਟ ਕਿਉਂ ਨਹੀਂ ਕਰ ਸਕਦੇ ਕਿਉਂਕਿ ਜੇ ਘੱਟ ਕਰਾਂਗੇ ਫਿਰ ਕੀ ਨੁਕਸਾਨ ਹੈ ਜੇ ਵੱਧ ਕਰਾਂਗੇ ਫਿਰ ਕੀ ਨੁਕਸਾਨ ਹੈ ਕਿਉਂਕਿ ਵਧਦੇ ਵੀ ਨੁਕਸਾਨ ਨੇ ਜਿਸ ਤੋਂ ਜਿਆਦਾ ਆਪਾਂ ਵੋਲਟੇਜ ਵਧਾਵਾਂਗੇ ਉਹਦੇ ਵੀ ਨੁਕਸਾਨ ਨੇ ਜਿਹੜੇ ਕਿ ਇਸ ਲੈਕਚਰ ਦੇ ਵਿੱਚ ਤੁਹਾਨੂੰ ਮਤਲਬ ਪਤਾ ਚੱਲ ਜਾਣਗੇ ਤੇ ਬਹੁਤ ਹੀ ਬੇਸਿਕ ਲੈਕਚਰ ਏ ਇਹਦਾ ਮਤਲਬ ਆਪਾਂ ਕਹਿ ਲਈਏ ਕਿ ਇਗਜ਼ਾਮ ਦੇ ਨਾਲ ਕੋਈ ਜੇ ਕਨੈਕਸ਼ਨ ਥੋੜਾ ਇਹ ਬਾਕੀ ਜੇ ਤੁਹਾਡੀ ਜਰਨਲ ਲਾਈਫ ਦੇ ਵਿੱਚ ਕਹਿ ਲਓ ਕਿ ਜਿੱਦਾਂ ਐਜ਼ ਅ ਇਲੈਕਟ੍ਰੀਕਲ ਇੰਜੀਨੀਅਰ ਤੁਸੀਂ ਕਿਤੇ ਇੰਟਰਵਿਊ ਲਈ ਜਾਂਦੇ ਜੇ ਉਹਦੇ ਵਿੱਚ ਇਸ ਚੀਜ਼ ਦਾ ਬਹੁਤ ਬੈਨੀਫਿਟ ਹੋਏਗਾ ਤੁਹਾਨੂੰ ਇਸ ਲੈਕਚਰ ਦਾ ਬਹੁਤ ਬੈਨੀਫਿਟ ਹੋਏਗਾ ਇਗਜ਼ਾਮ ਦੇ ਵਿੱਚ ਵੀ ਹੋਏਗਾ ਕਿਉਂਕਿ ਐਗਜ਼ਾਮ ਦੇ ਵਿੱਚ ਕੀ ਹੈ ਤੁਹਾਨੂੰ ਕਈ ਤਰ੍ਹਾਂ ਦੇ ਕਨਸੈਪਟ ਜਿਹੜੇ ਆ ਤੁਹਾਡੇ ਕਲੀਅਰ ਹੋ ਜਾਂਦੇ ਨੇ ਜਦੋਂ ਇਦਾਂ ਦੇ ਟਾਪਿਕ ਹੁੰਦੇ ਨੇ ਹੁਣ ਟੂ ਦੀ ਪੁਆਇੰਟ ਤੇ ਆਪਾਂ ਚੱਲ ਨਹੀਂ ਸਕਦੇ ਕਿ ਆਹ ਪੇਪਰ ਚ ਆਏਗਾ ਪੇਪਰ ਚ ਨਹੀਂ ਆਏਗਾ ਕਿਉਂਕਿ ਨਾ ਤੇ ਉਹ ਮੈਨੂੰ ਪਤਾ ਹੈ ਨਾ ਹੀ ਉਹ ਕਿਸੇ ਨੂੰ ਪਤਾ ਹੋਏਗਾ ਠੀਕ ਹੈ ਇਹ ਤੇ ਜਿਹੜਾ ਐਗਜ਼ਾਮ ਨੂੰ ਸੈੱਟ ਕਰਨ ਵਾਲਾ ਏ ਤੇ ਉਹਨੂੰ ਹੀ ਪਤਾ ਹੈ ਕਿ ਉਹਨੇ ਪੇਪਰ ਕੀ ਸੈੱਟ ਕੀਤਾ ਹੈ ਕਿਸ ਤਰ੍ਹਾਂ ਸੈੱਟ ਕੀਤਾ ਹੈ ਬਟ ਇਹ ਬੇਸਿਕ ਜਿਹੜੇ ਟਾਪਿਕਸ ਹੁੰਦੇ ਨੇ ਇਹ ਬਹੁਤ ਹੀ ਇੰਪੋਰਟੈਂਟ ਹੁੰਦੇ ਨੇ ਸਾਡੇ ਕਨਸੈਪਟ ਨੂੰ ਬਿਲਡ ਅਪ ਮਤਲਬ ਕਿ ਕਨਸੈਪਟ ਨੂੰ ਪੱਕਾ ਕਰਨ ਵਾਸਤੇ ਓਕੇ ਤੇ ਹੁਣ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਇੱਕ ਬੇਸਿਕ ਇਕੁਏਸ਼ਨ ਤੋਂ ਸਟਾਰਟ ਕਰਦੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਵੋਲਟੇਜ ਹੈ ਉਹ ਆਪਾਂ ਜਾਂ ਜਿਹੜੀ ਮਤਲਬ ਕਹਿੰਦੇ ਲਾਈਨਸ ਹੋਣਗੀਆਂ ਉਹ 3 ਫੇਸ ਹੋਣਗੀਆਂ ਠੀਕ ਹੈ 3 ਫੇਸ ਮਤਲਬ ਤਿੰਨ ਲਾਈਨਾਂ ਹੋਣਗੀਆਂ 3 ਫੇਸ ਦਾ ਮਤਲਬ ਸਟਾਰ ਡੈਲਟਾ ਇਹ ਸਾਰੇ ਮੈਂ ਤੁਹਾਨੂੰ ਬੇਸਿਕ ਆਫ ਇਲੈਕਟ੍ਰੀਕਲ ਇੰਜੀਨੀਅਰਿੰਗ ਚ ਕਰਵਾ ਚੁੱਕੇ ਆ ਵਾ ਇਸ ਕਰਕੇ ਬਾਰ ਬਾਰ ਉਹ ਡਿਸਕਸ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਜੇ 3 ਫੇਸ ਦੀ ਗੱਲ ਕੀਤੀ ਜਾਵੇ ਇਹ ਫਿਰ ਪਾਵਰ ਦੀ ਇਕੁਏਸ਼ਨ ਕੀ ਬਣੇਗੀ ਪਾਵਰ ਦੀ ਪੀ ਇਕੁਅਲ ਟੂ ਅੰਡਰੂਟ 3 ਵੀ ਆਈ ਕੋਸ ਫਾਈ ਵੀ ਆਈ ਕੋਸ ਫਾਈ ਵੀ ਕੀ ਹੈ ਲਾਈਨ ਵੋਲਟੇਜ ਵੀ ਕੀ ਹੈ ਲਾਈਨ ਵੋਲਟੇਜ ਓਕੇ ਆਈ ਕੀ ਹੈ ਲਾਈਨ ਕਰੰਟ ਲਾਈਨ ਕਰੰਟ ਯੂਨਿਟ ਤੁਹਾਨੂੰ ਪਤਾ ਹੀ ਆ ਕਿ ਲਾਈਨ ਵੋਲਟੇਜ ਦਾ ਯੂਨਿਟ ਕੀ ਹੁੰਦਾ ਹੈ ਵੋਲਟ ਠੀਕ ਹੈ ਵੋਲਟ ਹੋਏਗਾ ਤੇ ਕਰੰਟ ਦਾ ਯੂਨਿਟ ਕੀ ਹੋਏਗਾ ਐਂਪੀਅਰ ਐਂਪੀਅਰ ਠੀਕ ਹੈ ਆਈ ਉਹਦਾ ਸਿੰਬਲ ਹੈ ਓਕੇ ਤੇ cos ਫਾਈ ਕੀ ਹੁੰਦਾ ਹੈ ਪਾਵਰ ਫੈਕਟਰ ਕਿਹਦਾ ਪਾਵਰ ਫੈਕਟਰ ਹੋਏਗਾ ਲੋਡ ਦਾ ਪਾਵਰ ਫੈਕਟਰ ਆਫ ਦੀ ਲੋਡ ਪਾਵਰ ਫੈਕਟਰ ਆਫ ਦੀ ਲੋਡ ਪਾਵਰ ਫੈਕਟਰ ਆਫ ਦੀ ਲੋਡ ਕਲੀਅਰ ਹੋ ਗਿਆ ਇਥੋਂ ਤੱਕ ਕੋਈ ਇਕੁਏਸ਼ਨ ਤੋਂ ਕੋਈ ਦਿੱਕਤ ਨਹੀਂ ਆਏਗੀ ਹਨਾ ਸਿੰਪਲ ਇਕੁਏਸ਼ਨ ਲਿਖੀਏ ਇਹ ਇਹਨੂੰ ਮੰਨ ਲਓ ਫਸਟ ਇਕੁਏਸ਼ਨ ਇਹ ਕੀ ਹੈ ਫਸਟ ਇਕੁਏਸ਼ਨ ਹੈ ਹੁਣ ਜਿਹੜੇ ਲੌਸੀਜ਼ ਹੋਣਗੇ ਲਾਈਨ ਦੇ ਵਿੱਚ ਠੀਕ ਹੈ ਉਹ ਕਿਸ ਚੀਜ਼ ਤੇ ਡਿਪੈਂਡ ਕਰਨਗੇ ਕਰੰਟ ਦੇ ਉੱਤੇ ਤੇ ਫਿਰ ਕਰੰਟ ਕਿਹਦੇ ਇਕੁਅਲ ਆ ਜਾਏਗਾ ਕਰੰਟ ਨੂੰ ਆਪਾਂ ਇੱਥੇ ਰਹਿਣਤਾ ਫਸਟ ਇਕੁਏਸ਼ਨ ਨੂੰ ਦੇਖੋ ਪੀ ਆ ਜਾਏਗਾ ਸਾਡੇ ਕੋਲ ਪੀ ਡਿਵਾਈਡਿਡ ਬਾਈ ਅੰਡਰੂਟ 3 ਵੀ ਕੋਸ ਫਾਈ ਸਿੰਪਲ ਆਈ ਨੂੰ ਇੱਧਰ ਰਹਿਣਤਾ ਹੈ ਤੇ ਬਾਕੀ ਜਿਹੜੀ ਅੰਡਰੂਟ 3 ਆ ਵੋਲਟੇਜ ਆ ਪਾਵਰ ਫੈਕਟਰ ਆ ਇਹ ਪੀ ਦੇ ਹੇਠਾਂ ਚਲ ਗਿਆ ਓਕੇ ਜਿਵੇਂ ਕਿ ਇੱਥੇ ਤੁਸੀਂ ਦੇਖ ਸਕਦੇ ਜੀ ਹੁਣ ਲੌਸਿਸ ਕਿੰਨੇ ਹੋਣਗੇ ਲਾਈਨ ਦੇ ਵਿੱਚ ਹੁਣ ਕੰਡਕਟਰ ਕਿੰਨੇ ਨੇ ਕੰਡਕਟਰ ਤੇ ਇਹਨਾਂ ਨੇ ਕਿਉਂਕਿ 3 ਫੇਸ ਸਿਸਟਮ ਦੀ ਗੱਲ ਕਰਦੇ ਪਏ ਆ ਠੀਕ ਹੈ ਲੌਸਸਿਸ ਇਨ ਦੀ ਲਾਈਨ ਲੌਸਸਿਸ ਇਨ ਦੀ ਲਾਈਨ ਲਾਈਨ ਦੇ ਵਿੱਚ ਲੌਸਸਿਸ ਕਿੰਨੇ ਹੋਣਗੇ ਲਾਈਨ ਦੇ ਲੌਸਸਿਸ ਨੂੰ ਆਪਾਂ ਲਿਖਦੇ ਆਂ W ਦੇ ਨਾਲ ਠੀਕ ਹੈ ਹੁਣ ਤਿੰਨ ਤਿੰਨ ਕੰਡਕਟਰਾਂ ਦੀ ਗੱਲ ਕਰਾਂਗੇ 3 ਲਿਖ ਦਾਂਗੇ ਤੇ ਲੌਸਸਿਸ ਕਿਹਦੇ ਇਕੁਅਲ ਹੁੰਦੇ ਆ I²R ਤੇ I²R ਦੇ R ਕੀ ਹੈ ਰੈਜ਼ਿਸਟੈਂਸ I ਕੀ ਹੈ ਕਰੰਟ ਪਾਵਰ ਲੌਸਸਿਸ ਆਪਾਂ ਪੜ੍ਹੇ ਆ ਨਾ ਪਾਵਰ ਲੌਸਸਿਸ ਕਿਹਦੇ ਇਕੁਅਲ ਹੁੰਦੇ ਨੇ i²r ਦੇ ਕਿਹਦੇ ਇਕੁਅਲ ਹੁੰਦੇ ਨੇ i²r ਦੇ ਪਾਵਰ ਲੌਸਿਸ ਕਿਹਦੇ ਇਕੁਅਲ ਹੁੰਦੇ ਨੇ i²r ਦੇ ਇਹ ਬੇਸਿਕ ਆਫ ਇਲੈਕਟ੍ਰੀਕਲ ਇੰਜੀਨੀਅਰਿੰਗ ਚ ਮੈਂ ਤੁਹਾਨੂੰ ਪੜਾਇਆ ਏ ਓਕੇ ਹੁਣ ਸਿੰਪਲ ਕੀ ਕਰਨਾ ਆਪਾਂ ਜਿਹੜਾ ਸਾਡੇ ਕੋਲ i ਏ i ਦੀ ਵੈਲਿਊ ਨੂੰ ਇਸ i² ਦੀ ਵੈਲਿਊ ਚ ਪੁੱਟ ਕਰਨਾ ਹੈ i² ਦੇ ਵਿੱਚ ਪੁੱਟ ਕਰ ਦੇਣਾ 3 ਠੀਕ ਹੈ p ਡਿਵਾਈਡਿਡ ਬਾਈ ਅੰਡਰੂਟ 3 v cos φ ਇਹ ਕੀ ਏ ਸਾਡੇ ਕੋਲ ਸਕੁਅਰ ਏ ਇੰਟੂ आर इन टू आर आर की है रजिस्टेंस आर की है रजिस्टेंस आर निखते हैं रजिस्टेंस लिखा इन ओम रजिस्टेंस का यूनिट की होंगे ओम इन आप लिखा रो एल बाय ए रो एल बाय एकेपली हूँ आपसिज थ्री पी डिवाइड बाय अंड रूट थ्री वी cos फाइ d² होल स्क्वायर ਤੇ r ਦੀ ਜਗ੍ਹਾ ਤੇ ਕੀ ਪੁੱਟ ਕਰ ਦਾਂਗੇ ro l a ro l a ਓਕੇ ਕੀ ਸਾਡੇ ਕੋਲ ਫਿਰ ਇਕਵੇਸ਼ਨ ਕੀ ਆ ਜਾਏਗੀ w ਟਿੱਕ ਹੈ l ਕੀ ਆ ਲੈਂਥ ਕੰਡਕਟਰ ਦੀ ਕਿੰਨੀ ਲੈਂਥ ਠੀਕ ਹੈ w ਲਾਸਸ ਨੇ l ਕੀ ਆ ਲੈਂਥ ਆਫ ਦੀ ਕੰਡਕਕਟਰ ਇਨ ਮੀਟਰ ਠੀਕ ਹੈ l ਕੀ ਏ ਲੈਂਥ ਆਫ ਦੀ ਕੰਡਕਟਰ ਇਨ ਮੀਟਰ लेंथ ऑफ द कंडक्टर इन मीटर ओके ए की है, वट इज ए क्रॉस सैक्शन के वह जोड़ा कंडक्टर है मिटाई कि एरिया ऑफ क्रॉस सैक्शन ऑफ द कंडक्टर एरिया ऑफ क्रॉस सैक्शन ऑफ द कंडक्टर ऑफ द कंडक्टर इन मीटर स्क्वेयर इन मीटर स्क्वायर क्लियर हो गया देन रो रो की ये रेजिस्टिविटी रो की ये रेजिस्टिविटी रो की ये रेजिस्टिविटी क्लियर हो गया क्लियर हो गया ना इस दिक्कत नहीं तो इन्होंने चीजा का पता चल गया ਕਲੀਅਰ ਫਿਰ W ਕ ਦੇ ਇਕੁਅਲ ਆ ਜਾਏਗਾ 3 ਓਕੇ ਤੇ ਇਹ ਆ ਜਾਏਗਾ ਸਾਡੇ ਕੋਲ P ਦੀ ਸਕੁਅਰ ਕਿਉਂਕਿ ਇਹਦੇ ਸਕੁਅਰ ਲੱਗਾ ਹੈ ਇੱਥੇ ਆ ਗਿਆ P ਦੀ ਸਕੁਅਰ ਡਿਵਾਈਡਡ ਬਾਈ 3 ਜਦੋਂ ਅੰਡਰ ਰੂਟ 3 ਨੂੰ ਅੰਡਰ ਰੂਟ 3 ਦੇ ਨਾਲ ਮਲਟੀਪਲਾਈ ਕਰਾਂਗੇ ਤੇ ਉਹ 3 ਆ ਜਾਏਗਾ B ਦੀ ਸਕੁਅਰ cos ਸਕੁਅਰ ਫਾਈ ਇੰਟੂ ro l ਬਾਈ a रो एल बाय ए थ्री न थ्री कैंसल साढ़े को आ गए लॉसिस इक्वल आ जाएंगे फिर लॉसिस इक्वल टू पी द स्वेयर रो एल बाय एन आप लिख देंगे वी स्वेयर कॉस स्क्र फाई ए क्लियर ये कोल आ कोई सैकेंड इक्वेन साढ़े कोई आ गई इक्वेशन सैकेंड इक्वेशन ठीक है फर्स्ट इक्वेशन तो बाद बादल सैकेंड इक्वेशन क्लीयर कोई प्रॉब्लम तो नहीं हूँ वैल्यू कनी है ए की है एरिया ऑफ करोसैक्शन ऑफ ईच कंडक्टर ठीक है एरिया ऑफ करोसैक्शन ऑफ ईच कंडक्टर ऑफ ईच कंडक्टर ईच कंडक्टर क्लियर एक देखोल आ जाएगा ए इज इक्वल टू पी स्क्वेयर रो एल डिवाइडेड बाय बी दुएर कॉस स्क्र फाइ इंटू डबलू लॉसिस ओके एनू आप दूसरी साइड त लाइए ना ये साढ़े को गई इक्वेशन थर्ड, थर्ड okay, एक किएशन आ गई साढ़े को थर्ड इक्वेशन आ गई ओके एक इक्वेशन आ गई साढ़े को थर्ड इक्वेन आ गई ਕਲੀਅਰ ਹੋ ਗਿਆ ਦੈਨ ਆਪਾਂ ਹੁਣ ਦੇਖਣਾ ਹੈ ਵੋਲਿਊਮ ਕਿ ਕਿੰਨਾ ਮਤਲਬ ਕੰਡਕਟਰ ਦਾ weight ਕਹਿ ਲਓ ਵੋਲਿਊਮ ਕਹਿ ਦਿਓ ਕਿੰਨਾ ਕੰਡਕਟਰ ਸਾਨੂੰ ਜ਼ਰੂਰਤ ਪਏਗੀ ਵੋਲਿਊਮ ਆਫ ਕੰਡਕਟਰ ਮਟੀਰੀਅਲ ਵੋਲਿਊਮ ਆਫ ਕੰਡਕਟਰ ਮਟੀਰੀਅਲ ਕੰਡਕਟਰ ਮਟੀਰੀਅਲ ਰਿਕੁਆਇਰਡ ਫਾਰ ਦੀ ਲਾਈਨ ਰਿਕੁਆਇਰਡ ਫਾਰ ਦੀ ਲਾਈਨ ਰਿਕੁਆਇਰਡ ਫਾਰ ਦੀ ਲਾਈਨ ਲਾਈਨ ਵਾਸਤੇ ਕਿੰਨਾ ਮਟੀਰੀਅਲ ਜਿਹੜਾ ਵਾ ਕੰਡਕਟਰ ਮਟੀਰੀਅਲ ਚਾਹੀਦਾ ਇਹ ਆ ਜਾਏਗਾ 3 ਤਿੰਨ ਕੰਡਕਟਰਾਂ ਦੀ ਗੱਲ ਕੀਤੀ ਆ ਤੇ ਵੋਲਿਊਮ ਕਿ ਦੇ ਇਕਵਲ ਆਉਂਦਾ ਏ ਏਰੀਆ ਇੰਟੂ ਏਰੀਆ ਇੰਟੂ ਲੈਂਥ ਠੀਕ ਹੈ ਏ ਸਾਡ ਕੋਲ ਆਲਰੇਡੀ ਹੈਗਾ ਹੀ ਆਪਾਂ ਇੱਕ ਐਲ ਐਡ ਕੀਤਾ ਤੇ ਇੱਕ ਆਪਾਂ 3 ਐਡ ਕਰਤਾ ਠੀਕ ਹੈ ਇਹ ਦੋਨੋਂ ਸਾਈਡ ਤੇ ਐਡ ਹੋ ਜਾਏਗਾ ਠੀਕ ਹੈ ਇਨੂੰ ਆਪਾਂ ਦੂਜੀ ਸਾਈਡ ਤੇ ਵੀ ਐਡ ਕਰ ਦਾਂਗੇ ਇੱਧਰ ਵੀ ਐਡ ਕਰਤਾ ਉੱਧਰ ਵੀ ਕਿਉਂ ਕੱਟਿਆ ਜਾਏਗਾ ਆਪਾਂ ਕੇ ਵੋਲਿਊਮ ਬਣਾਉਣ ਵਾਸਤੇ ਆਪਾਂ ਐਲ ਤੇ 3 ਜਿਹੜਾ ਐਡੀਸ਼ਨਲ ਐਡ ਕੀਤਾ ਹੈ ਕਲੀਅਰ ਇਹ ਕੀ ਆ ਜਾਏਗਾ ਪੀ ਦੀ ਸਕੁਅਰ ਜਿਹੜਾ ਕਿ ਸਰ ਕੋਲ ਆਲਰੇਡੀ ਹੈਗਾ ਏ ਰੋ ਐਲ ਬਾਈ ਵੀ ਸਕੁਅਰ ਕੋਸ ਸਕੁਅਰ ਫਾਈ ਡਬਲਿਊ ਇੰਟੂ ਐਲ ਆਹ ਵਾਲਾ ਐਲ ਠੀਕ ਹੈ ਸਰ ਕੋਲ ਦੋ ਐਲ ਹੋ ਗਏ ਨਾ ਆ ਦੇਖੋ ਜਿਹੜਾ ਏ ਵਾਲਾ ਹੀ ਐਲ ਉਹ ਇੱਥੇ ਐਡ ਕਰਤਾ ठीक है जरा थ्री ही थ्री ना इत कर लिययर हो गया ओके हम साएशन आएगी फिर साढ़े को बन गई फिर जी आप पूरी इक्शन देखिए वॉल्यूम के देख आ गया थ्री पी स्क्र थ्री पी स्क्र रो एल बाय बी स्क्र कॉस स्क्र फाइ w cos2 phi w okay hun ede advantages apa vekhange e sade ko aagi fourth equation e sade kol aagi fourth equation hun apa advantages dekhne ha ke sade kol advantages ki ne high voltage nu transmit karde pehla apa equations sariyan derive kar liyan te hun apa dekhange ke ede advantages ki ne theek hai Main advantages of Main advantages Advantages of High transmission voltage, high transmission voltage Voltage ਠੀਕ ਹੈ ਆਰ ਗਿਵਨ ਬਲੂ ਆਰ ਗਿਵਨ ਬਲੂ ਬਲੂ ਓਕੇ ਇਹ ਠਾਂ ਦਿੱਤੇ ਹੋਏ ਪਹਿਲਾ ਐਡਵਾਂਟੇਜ ਕੀ ਆ ਫਰਸਟ ਐਡਵਾਂਟੇਜ ਕੀ ਹੈ ਪਹਿਲਾ ਐਡਵਾਂਟੇਜ ਹੈਗਾ ਵਾ ਰਿਡਕਸ਼ਨ ਇਨ ਵੋਲਿਊਮ ਆਫ ਕੰਡਕਟਰ ਮਟੀਰੀਅਲ ਜੇਕਰ ਆਪਾਂ ਟਰਾਂਸਮਿਸ਼ਨ ਜਿਹੜੀ ਇਲੈਕਟ੍ਰੀਕਲ એનર્ਜੀ ਨੂੰ ਜ਼ਿਆਦਾ ਵੋਲਟੇਜ ਤੇ ਹਾਈ ਵੋਲਟੇਜ ਤੇ ਟ੍ਰਾਂਸਮਿਟ ਕਰਦੇ ਆ ਤੇ ਪਹਿਲਾ ਐਡਵਾਂਟੇਜ ਕੀ ਆ ਰਿਡਕਸ਼ਨ ਇਨ ਵੋਲਿਊਮ ਆਫ ਕੰਡਕਟਰ ਮਟੀਰੀਅਲ ਕੰਡਕਟਰ ਮਟੀਰੀਅਲ ਓਕੇ ਹੁਣ ਇਹਨੂੰ ਆਪਾਂ ਸਮਝਣ ਦੇ ਲਈ ਇਕੁਏਸ਼ਨ ਨੰਬਰ 2 ਦਾ ਯੂਜ਼ ਕਰਾਂਗੇ ਆਹ ਇਕੁਏਸ਼ਨ ਨੰਬਰ 2 ਹੈ ਨਾ ਇਹਦਾ ਆਪਾਂ ਯੂਜ਼ ਕਰਾਂਗੇ ਆਹ ਸੌਰੀ a3 ਆ ਇਹ ਆ ਜੀ 2 ਠੀਕ ਹੈ ਇੱਥੇ ਸਾਨੂੰ ਕੀ ਪਤਾ ਚੱਲਦਾ ਏ ਕਿ ਪਹਿਲਾਂ ਆਪਾਂ ਇੱਥੋਂ ਹੀ ਸਮਝ ਲਈਏ ਕਿ ਜਿਹੜਾ ਕਹ ਲਓ ਕਿ ਵੋਲਿਊਮ ਹੋਏਗਾ ਠੀਕ ਹੈ ਪਹਿਲਾਂ ਆਪਾਂ ਇੱਥੋਂ ਸਮਝ ਲਈਏ ਕਿ ਜਿਹੜੇ ਲੌਸਿਸ ਨੇ ਉਹ ਕਿਹਦੇ ਇਨਵਰਸਲੀ ਪ੍ਰੋਪੋਰਸ਼ਨਲ ਨੇ ਸਭ ਤੋਂ ਪਹਿਲਾਂ ਵੋਲਟੇਜ ਸਕੁਅਰ ਤੇ ਤੇ ਦੂਜਾ ਕੀ ਆ ਲੋਡ ਦੇ ਪਾਵਰ ਫੈਕਟਰ ਤੇ ਤੀਜਾ ਕੀ ਆ ਏਰੀਆ ਆਫ ਕ੍ਰੋਸ ਸੈਕਸ਼ਨ ਤੇ ਠੀਕ ਹੈ ਓਕੇ ਕਿ ਮਤਲਬ ਜਿਹੜੇ ਲੌਸਿਸ ਜਿੱਦਾਂ ਮਤਲਬ ਵੋਲਟੇਜ ਵਧੀ ਏ ਤੇ ਲੌਸਿਸ ਕੀ ਹੋਗੇ ਨੇ ਘਟੋਗੇ ਨੇ ਲੌਸਿਸ ਕੀ ਹੋਗੇ ਨੇ ਘਟੋਗੇ ओके ਤੇ ਹੁਣ ਆਪਾਂ ਇਹਦੇ ਨਾਲ ਆਪਣਾ 3rd ਇਕੁਏਸ਼ਨ ਦੇਖਦੇ ਆਂ ਨਾਲ ਹੀ ਆਪਾਂ ਤੀਜੀ ਇਕੁਏਸ਼ਨ ਦੇਖਦੇ ਆਂ ਇਹਦੇ ਨਾਲ ਕੀ ਹੋਇਆ ਕਿ ਜਿਹੜਾ ਸਾਡਾ ਏਰੀਆ ਆਫ ਕ੍ਰੋਸ ਸੈਕਸ਼ਨ ਹੀ ਠੀਕ ਹੈ ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਸਾਡਾ ਏਰੀਆ ਆਫ ਕ੍ਰੋਸ ਸੈਕਸ਼ਨ ਹੀ ਕੰਡਕਟਰ ਦਾ ਵੋਲਟੇਜ ਵਧਣ ਦੇ ਨਾਲ ਉਹ ਘਟ ਗਿਆ ਠੀਕ ਹੈ ਜਿੱਦਾਂ ਆਪਾਂ ਵੋਲਟੇਜ ਵਧਾਈ ਤੇ ਜਿਹੜੀ ਕੰਡਕਟਰ ਦੀ ਮੋਟਾਈ ਹੀ ਉਹ ਘਟ ਗਈ ਜਿਹਦੇ ਨਾਲ ਕੀ ਆ ਸਾਨੂੰ ਜਿਹੜੇ ਕੰਡਕਟਰ ਦੇ ਘੱਟ ਵੋਲਿਊਮ ਦੀ ਸਾਨੂੰ ਜ਼ਰੂਰਤ ਪਈ ਓਕੇ ਕੰਡਕਟਰ ਦਾ ਜਿਹੜਾ ਵੋਲਿਊਮ ਹੈ ਨਾ ਵੋਲਿਊਮ ਕਿਹਦੇ ਇਕੁਅਲ ਹੀ A L ਦੇ ਤੇ ਜੇਕਰ ਵੋਲਟੇਜ ਵਧਿਆ ਤੇ A ਘਟ ਗਿਆ ਵੋਲਟੇਜ ਵਧਣ ਦੇ ਨਾਲ ਕੀ ਹੋਇਆ ਇਹ ਘਟ ਗਿਆ ਮਤਲਬ ਏਰੀਆ ਆਫ ਕ੍ਰੋਸ ਸੈਕਸ਼ਨ ਜਿੱਥੇ ਮੋਟਾ ਕੰਡਕਟਰ ਚਾਹੀਦਾ ਹੀ ਉੱਥੇ ਕੰਡਕਟਰ ਜਿਹੜਾ ਵਾ ਉਹ ਪਤਲਾ ਪੈ ਗਿਆ ਉਹਦੇ ਨਾਲ ਕੀ ਹੋਏਗਾ ਜਿਹੜੀਆਂ ਲਾਈਨ ਸਪੋਰਟ ਹੋਏਗੀਆਂ ਠੀਕ ਹੈ ਲਾਈਨ ਸਪੋਰਟਸ ਲਾਈਨ ਸਪੋਰਟ ਕਿਹੜੀਆਂ ਨੇ ਜਿਦਾਂ ਟਾਵਰ ਵਗੈਰਾ ਟਾਵਰ ਉਹ ਜ਼ਿਆਦਾ ਸਾਨੂੰ ਮਜ਼ਬੂਤ ਨਹੀਂ ਲੈਣਦੀ ਲੋਡ ਪੈਗੀ ਠੀਕ ਹੈ ਟਾਵਰਸ ਜਿਹੜੇ ਉਹ ਜ਼ਿਆਦਾ ਮਜ਼ਬੂਤ ਲੈਣਦੀ ਲੋਡ ਨਹੀਂ ਪੈਗੀ ਨੰਬਰ 1 ਨੰਬਰ 2 ਜਿਹੜੇ ਦੇ ਕਹ ਲਓ ਕਿ ਕ੍ਰੋਸ ਆਰਮ ਨੇ ਕ੍ਰੋਸ ਆਰਮ ਹੁੰਦੀਆਂ ਨੇ ਕਿ ਆਹ ਕੰਡਕਟਰ ਨੇ ਏ ਇਹਦੇ ਵਿੱਚ ਜਿੱਦਾਂ ਇੱਕ ਕੰਡਕਟਰ ਇੱਥੇ ਲੱਗਾ ਇੱਕ ਕੰਡਕਟਰ ਇੱਥੇ ਲੱਗਾ ਇਹਨੂੰ ਕਹਿੰਦੇ ਨੇ ਕ੍ਰੋਸ ਆਰਮ ਇਹ ਜ਼ਿਆਦਾ ਲੰਬੀਆਂ ਲੈਣ ਦੀ ਜ਼ਰੂਰਤ ਨਹੀਂ ਪੈਗੀ ਠੀਕ ਹੈ ਇਹ ਮੇਨ ਚੀਜ਼ ਕੀ ਆ ਇਹ ਤਾਂ ਚਲੋ ਇੱਕ ਅਲੱਗ ਚੀਜ਼ ਆ ਗਈ ਨਾ ਇਹਨੂੰ ਮੈਂ ਕਿਉਂਕਿ ਇਹਦਾ ਡਿਸਐਡਵਾਂਟੇਜ ਵੀ ਹੈਗਾ ਮੇਨ ਇਹੀ ਆ ਕਿ ਸਾਨੂੰ ਜਿਹੜਾ ਟਾਵਰ ਵਗੈਰਾ ਵਾ ਉਹ ਜ਼ਿਆਦਾ ਮਜ਼ਬੂਤ ਨਹੀਂ ਲੈਣ ਦੀ ਜ਼ਰੂਰਤ ਪੈਗੀ ਠੀਕ ਹੈ ਜ਼ਿਆਦਾ ਮਜ਼ਬੂਤ ਮਤਲਬ ਬਹੁਤ ਜ਼ਿਆਦਾ ਇਹਨਾਂ ਤੇ ਸਾਨੂੰ ਪੈਸਾ ਖਰਚਣ ਦੀ ਲੋੜ ਨਹੀਂ ਪੈਗੀ ਲਾਈਨ ਸਪੋਰਟਸ ਦੇ ਉੱਤੇ ਠੀਕ ਹੈ ਨੈਕਸਟ ਕੀ ਆ ਹਾਇਰ ਟਰਾਂਸਮਿਸ਼ਨ ਐਫੀਸ਼ੀਐਂਸੀ ਲੌਸਸਿਜ਼ ਘਟ ਗਏ ਜਿਵੇਂ ਕਿ ਆਪਾਂ ਦੂਜੀ ਇਕੁਏਸ਼ਨ ਦੇ ਵਿੱਚ ਵੇਖਿਆ ਹੈ ਤੇ ਐਫੀਸ਼ੀਐਂਸੀ ਫਿਰ ਇੰਪਰੂਵ ਹੋ ਜਾਏਗੀ ਕਿਉਂਕਿ ਲੌਸਸਿਜ਼ ਘਟਣ ਦੇ ਨਾਲ ਐਫੀਸ਼ੀਐਂਸੀ ਵਧਦੀ ਹੈ ਟਰਾਂਸਮਿਸ਼ਨ ਐਫੀਸ਼ੀਐਂਸੀ ਠੀਕ ਹੈ ਹਾਇਰ ਟਰਾਂਸਮਿਸ਼ਨ ਐਫੀਸ਼ੀਐਂਸੀ ਜੇਕਰ ਲੌਸਿਸ ਘਟਣਗੇ ਐਫੀਸ਼ੀਐਂਸੀ ਵਧੇਗੀ ਠੀਕ ਹੈ ਲੌਸਿਸ ਕਿੱਦਾਂ ਘਟਣਗੇ ਵੋਲਟੇਜ ਦੇ ਵਧਣ ਦੇ ਨਾਲ ਠੀਕ ਹੈ ਆ ਤੁਸੀਂ ਦੇਖ ਸਕਦੇ ਜੇ ਸਕੁਅਰ ਠੀਕ ਹੈ ਵੋਲਟੇਜ ਨੂੰ ਵਧਾਇਆ ਤੇ ਲੌਸਿਸ ਘਟ ਗਏ ਵੋਲਟੇਜ ਵਧੀ ਲੌਸਿਸ ਘਟ ਗਏ ਕਿਉਂਕਿ ਜਿਹੜੇ ਲੌਸਿਸ ਨੇ ਉਹ ਇਨਵਰਸਲੀ ਪ੍ਰੋਪੋਰਸ਼ਨਲ ਨੇ ਸਕੁਅਰ ਆਫ ਲਾਈਨ ਵੋਲਟੇਜ ਦੇ ਸਕੁਅਰ ਆਫ ਲਾਈਨ ਵੋਲਟੇਜ ਦੇ ਦੋ ਤੀਸਰਾ ਨੰਬਰ ਕੀ ਆ ਬੈਟਰ ਵੋਲਟੇਜ ਰੈਗੂਲੇਸ਼ਨ ਰਸਤੇ 'ਚ ਲੌਸ ਨਹੀਂ ਹੋਏ ਜਿੰਨੀ ਆਪਾਂ ਵੋਲਟੇਜ ਸੈਂਡ ਕੀਤੀ ਆ ਆਲਮੋਸਟ ਥੋੜੀ ਘੱਟ ਜਿਹੜੀ ਸਾਨੂੰ ਰੀਸੀਵਿੰਗ ਐਂਡ ਤੇ ਰੀਸੀਵ ਹੋ ਜੇਗੀ ਠੀਕ ਹੈ ਵਿਚਕਾਰ ਜਿਹੜੇ ਲੌਸੇਸ ਘੱਟ ਹੋਏ ਠੀਕ ਹੈ ਲੌਸੇਸ ਜਿਹੜੇ ਜ਼ਿਆਦਾ ਨਹੀਂ ਹੋਏ ਵੋਲਟੇਜ ਰੈਗੂਲੇਸ਼ਨ ਠੀਕ ਹੈ ਰੈਗੂਲੇਸ਼ਨ ਦਾ ਮਤਲਬ ਹੁੰਦਾ ਵਾ ਕਿ ਜਿੱਦਾਂ ਸੈਂਡਿੰਗ ਐਂਡ ਵੋਲਟੇਜ ਕਿੰਨੀ ਹੈ ਤੇ ਰੀਸੀਵਿੰਗ ਐਂਡ ਵੋਲਟੇਜ ਕਿੰਨੀ ਹੈ ਜਿੰਨਾ ਇਹਦੇ ਵਿੱਚ ਗੈਪ ਹੋਏਗਾ ਉਨੀ ਜ਼ਿਆਦਾ ਵੋਲਟੇਜ ਰੈਗੂਲੇਸ਼ਨ ਹੋਏਗੀ ਜਿੰਨਾ ਇਹਨਾਂ ਦੋਨੋਂ ਵੋਲਟੇਜਸ ਦੇ ਵਿੱਚ ਠੀਕ ਹੈ ਜਿੱਦਾਂ ਸੈਂਡਿੰਗ ਐਂਡ ਵਾ ਤੇ ਆ ਰੀਸੀਵਿੰਗ ਐਂਡ ਵਾ ਠੀਕ ਹੈ ਜੇ ਮੰਨ ਲਓ ਇੱਥੇ 100 ਵੋਲਟ ਭੇਜੀਏ ਇੱਥੇ ਸਾਡੇ ਕੋਲ 70 ਵੋਲਟ ਪਹੁੰਚੀਏ ਤੇ ਇਹ ਇਸ ਤਰ੍ਹਾਂ ਕੀ ਹੋਏਗਾ ਜਿਆਦਾ ਮਤਲਬ ਪੂਰ ਵੋਲਟੇਜ ਰੈਗੂਲੇਸ਼ਨ ਕੀ ਨਹੀਂ ਜਾਏਗੀ ਤੇ ਜੇਕਰ ਮੰਨ ਲਓ ਇੱਥੇ 100 ਵੋਲਟ ਭੇਜੀਏ ਤੇ ਇੱਥੇ ਸਾਨੂੰ 98 ਵੋਲਟ ਮਿਲ ਗਈ ਏ ਇਹ ਕਿਦਾਂ ਪੋਸੀਬਲ ਹੋਏਗਾ ਕਿ ਵੋਲਟੇਜ ਡ੍ਰੌਪ ਜਦੋਂ ਲਾਈਨ 'ਚ ਘਟ ਹੋਣੀ ਇਸ ਕਰਕੇ ਕੀ ਆ ਵੋਲਟੇਜ ਵਧਣ ਦੇ ਨਾਲ ਕਿਉਂਕਿ ਵੇਖੋ P V I ਹੁੰਦਾ ਹੈ ਤੁਹਾਨੂੰ ਪਤਾ ਹੀ ਹੈ P V I ਹੁੰਦਾ ਹੈ ਤੇ ਜੇਕਰ ਵੋਲਟੇਜ ਵਧਾਵਾਂਗੇ ਪਾਵਰ ਸੇਮ ਰਹਿਣੀ ਆ ਤੇ ਕਰੰਟ ਘਟ ਜਾਏਗਾ ਜੇ ਕਰੰਟ ਘਟ ਗਿਆ ਤੇ V I R ਮਤਲਬ ਵੋਲਟੇਜ ਡ੍ਰੌਪ ਘਟ ਜਾਣਗੇ ਠੀਕ ਹੈ ਤੇ ਇਹ ਕੀ ਹੋ ਰਿਹਾ ਇਹਨੇ ਵੋਲਟੇਜ ਡ੍ਰੌਪ ਹੋ ਰਹੇ ਨੇ ਵੋਲਟੇਜ ਡ੍ਰੌਪ ਜ਼ਿਆਦਾ ਹੋਣਗੇ ਤੇ ਵੋਲਟੇਜ ਰੈਗੂਲੇਸ਼ਨ ਜਿਹੜੀ ਹੈ ਪੂਅਰ ਹੋਏਗੀ ਤੇ ਜੇਕਰ ਵੋਲਟੇਜ ਡ੍ਰੌਪ ਘਟ ਨੇ ਤੇ ਵੋਲਟੇਜ ਰੈਗੂਲੇਸ਼ਨ ਵਧੀਆ ਹੋਏਗੀ ਇਹ ਤੇ ਸੀ ਇਹਦੇ ਫਾਇਦੇ ਹੁਣ ਨੈਕਸਟ ਇਹਦੇ ਕੁਝ ਨੁਕਸਾਨ ਵੀ ਨੇ ਆਪਾਂ ਵੋਲਟੇਜ ਨੂੰ ਐਵੇਂ ਵਧਾ ਜਿੱਦਾਂ ਹੁਣ ਕਿ ਇੱਥੇ ਮੈਂ ਤੁਹਾਨੂੰ ਦੱਸਤਾ ਜਿਹਦੇ ਫਾਇਦੇ ਬੜੇ ਆ ਤੇ ਇਦਾਂ ਤੇ ਮਤਲਬ 2000 ਵੋਲਟ ਵੀ ਕਰ ਸਕਦੇ ਆ ਟਰਾਂਸਫਾਰਮਰ ਦੀ ਹੈਲਪ ਦੇ ਨਾਲ ਬਟ ਨਹੀਂ ਠੀਕ ਹੈ ਇਹ ਆਪਾਂ ਇੱਕ ਲਿਮਿਟ ਤੱਕ ਇਹਨੂੰ ਰੱਖਾਂਗੇ ਕਿ ਉਸ ਤੋਂ ਜੇ ਉੱਪਰ ਕਰਦੇ ਆ ਤੇ ਫੇਰ ਕੀ ਹੋਏਗਾ ਸਾਨੂੰ ਮਤਲਬ ਨੁਕਸਾਨ ਹੋਏਗਾ ਸਿਲੈਕਸ਼ਨ ਆਫ ਟਰਾਂਸਮਿਸ਼ਨ ਵੋਲਟੇਜ ਸਿਲੈਕਸ਼ਨ ਆਫ ਟਰਾਂਸਮਿਸ਼ਨ ਵੋਲਟੇਜ ओके okay. मतलब कोई हाई वोल्टेज लिमिटेशंस भी है ठीक है हाई वोल्टेज हाई ट्रांसमिशन वोल्टेज ट्रांसमिशन वोल्टेज आल्सो हैज दी आल्सो हैज दी फॉलोइंग ਫੋਲੋਇੰਗ ਲਿਮਿਟੇਸ਼ਨਸ ਲਿਮਿਟੇਸ਼ਨਸ ਓਕੇ ਲਿਮਿਟੇਸ਼ਨਸ ਕੁਝ ਹੈਗੀਆਂ ਨੇ ਕਿਹੜੀਆਂ ਲਿਮਿਟੇਸ਼ਨਸ ਨੇ ਪਹਿਲੀ ਹੈਗੀ ਆ ਕਿ ਜਿੱਦਾਂ ਆਪਾਂ ਵੋਲਟੇਜ ਵਧਾਵਾਂਗੇ ਸਾਨੂੰ ਇਨਸੂਲੇਸ਼ਨ ਵਧਾਉਣੀ ਪਵੇਗੀ ਮੋਰ ਇਨਸੂਲੇਸ਼ਨ ਠੀਕ ਹੈ ਇਨਸੂਲੇਸ਼ਨ ਦਾ ਸਾਡਾ ਖਰਚਾ ਵਾਚੇਗਾ ਦੂਜਾ ਕੀ ਆ ਕਿ ਜਿੰਨੀ ਵੋਲਟੇਜ ਵਧਾਵਾਂਗੇ ਸਾਨੂੰ ਟਾਵਰ ਉੱਚੇ ਲਾਉਣੇ ਪੈਣਗੇ ਹਾਇਰ ਟਾਵਰਸ ਹਾਇਰ ਟਾਪਰਸ ਤੀਸਰਾ ਕੀ ਏ ਕਿ ਲੌਂਗਰ ਕਰਾਸ ਆਰਮ ਜਿੱਦਾਂ ਮੰਨ ਲਓ ਆਹ ਕਰਾਸ ਆਰਮ ਨੇ 2 ਠੀਕ ਹੈ ਤੇ ਜੇਕਰ ਆਪਾਂ ਵੋਲਟੇਜ ਹੋਰ ਵਧਾ ਦਾਂਗੇ ਤੇ ਇਹਦੀ ਜਿਹੜੀ ਆਪਸ ਦੀ ਵਿੱਚ ਦੂਰੀ ਜਿਹੜੀ ਹੈ ਨਾ ਮਤਲਬ ਲੰਬੀਆਂ ਸਾਨੂੰ ਕਰਾਸ ਆਰਮਸ ਜਿਹੜੀਆਂ ਲਵਾਉਣੀਆਂ ਪੈਣਗੀਆਂ ਲੌਂਗਰ ਕਰਾਸ ਆਰਮਸ ਇਸ ਕਰਕੇ ਆਪਾਂ ਇਹ ਵੋਲਟੇਜ ਨੂੰ ਇਸ ਤਰੀਕੇ ਨਾਲ ਰੱਖਣਾ ਏ ਕਿ ਸਾਡਾ ਜਿਹੜਾ ਖਰਚਾ ਵੀ ਜ਼ਿਆਦਾ ਨਾ ਵਧੇ ਠੀਕ ਹੈ ਜਿਆਦਾ ਟਾਵਰ ਹੋਣਗੇ ਡਿੱਗ ਵੀ ਸਕਦੇ ਉੱਚੇ ਟਾਵਰ ਲਾਵਾਂਗੇ ਡਿੱਗ ਵੀ ਸਕਦੇ ਆ ਇਹਦੀ ਜਿਹੜੀ ਟਰਾਂਸਮਿਸ਼ਨ ਵੋਲਟੇਜ ਵਾਸਤੇ ਇੱਕ ਫਾਰਮੂਲਾ ਹੈਗਾ ਇਹ ਜਿਸ ਦੇ ਨਾਲ ਆਪਾਂ ਵੋਲਟੇਜ ਕੈਲਕੂਲੇਟ ਕਰ ਸਕਦੇ ਹਾਂ ਕਿ ਇਕਨੋਮਿਕਲ ਵੋਲਟੇਜ ਕਿਨੀ ਹੋਣੀ ਚਾਹੀਦੀ ਆ ਉਹ ਹੈਗਾ ਜੇ 5.5 ਅੰਡਰੂਟ 0.62l 3p ਡਿਵਾਈਡਡ ਬਾਈ 100 ਇਸ ਤਰੀਕੇ ਦੇ ਨਾਲ ਆਪਾਂ ਇਕਨੋਮਿਕਲ ਵੋਲਟੇਜ ਨੂੰ ਕੈਲਕੂਲੇਟ ਕਰ ਸਕਦੇ ਹਾਂ ਕਿ ਕਿੰਨੀ ਵੋਲਟੇਜ ਜਿਹੜੀ ਆ ਉਹ ਸਹੀ ਰਹਿ ਸਕਦੀ ਹੈ। ਓਕੇ ਕਿਉਂਕਿ ਇੱਕ ਟਾਈਮ ਤੱਕ ਵੋਲਟੇਜ ਵਧਾਉਣ ਦੇ ਨਾਲ ਸਾਡਾ ਖਰਚਾ ਘਟਦਾ ਹੈ। ਜੇਕਰ ਆਪਾਂ ਵੋਲਟੇਜ ਹੋਰ ਵਧਾਈ ਜਾਵਾਂਗੇ ਤਾਂ ਸਾਡਾ ਖਰਚਾ ਵੱਧਣਾ ਸ਼ੁਰੂ ਹੋ ਜਾਣਾ ਲੱਈਂਦਾ। ਉਹ ਅਲਟੀਮੇਟਲੀ ਸਾਡਾ ਗੋਲ ਕੀ ਆ ਕਿ ਅਸੀਂ ਅ ਫਾਇਦਾ ਹੋਵੇ, ਸਾਡਾ ਫਾਇਦਾ ਹੋਵੇ। ਓਕੇ ਹੋਪਸੋ ਤੁਹਾਨੂੰ ਅੱਜ ਦੇ ਇਸ ਲੈਕਚਰ ਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਤੇ ਬਾਕੀ ਆਪਾਂ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। Okay, thank you.